ਜਾ ਟੀਕਾ ਨਾ ਲਾ ਦਵੇ ਕੋਈ ਨਾ ਪੁੱਤ ਨਹੀਂ ਲਾਉਂਦੇ ਟੀਕਾ ਤੂੰ ਲੈ ਵੀ ਆ ਦਾਤਾ ਨੂੰ ਦੋ ਵਾਰੀ ਕਰਾ ਦਿਆ ਕਰੀ ਦਿਹਾੜੀ ਚੰਗਾ ਠੀਕ ਬਈ ਹਾਂ ਚਲੋ ਆ ਜਾ ਪੰਜ ਨੰਬਰ ਪੰਜ ਨੰਬਰ ਆ ਡਾਕਟਰ ਸਾਹਿਬ ਇਹਦੇ ਦੰਦ ਚੈੱਕ ਕਰਿਓ ਯਾਰ ਮੂੰਹ ਅੱਡ ਇਹਦੇ ਬਾਈ ਦੰਦ ਕੱਢਣੇ ਪੈਣੇ ਆ ਗੱਲ ਸੁਣ ਲੈ ਮੇਰੀ ਦੰਦ ਤਾਂ ਕੱਢ ਦੇ ਪਰ ਦੁੱਖ ਨਹੀਂ ਲੱਗਣਾ ਚਾਹੀਦਾ ਓ ਭਰਾਵਾ ਹੁਣ ਦੇ ਦੰਦ ਕਢਾਉਣੇ ਆ ਦੋਤਾ ਲੱਗੂ ਗਈ ਗੱਲਾਂ ਵੇਖ ਕੀ ਕਰਦੇ ਆ ਲੈ ਦੰਦ ਕੱਟ ਕੇ ਵਿਖਾਵਾਂ ਹੋਰ ਨਹੀਂ ਦੁੱਖ ਲੱਗਦਾ ਓਏ ਹੋ ਕਿਵੇਂ ਆਏ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆ ਤੇ ਕੁਝ ਖਾਸ ਹੀ ਵੀਰੇ ਇੱਕ ਮੈਂ ਤੈਨੂੰ ਸਵਾਲ ਪੁੱਛਣਾ ਸੀ ਪੁੱਛ ਲੈ ਇਹ ਚਿਕੜੀ ਗੱਲ ਇੱਕ ਹਾਥੀ ਆ ਉਹਨੂੰ ਫਰਿੱਜ 'ਚ ਕਿਵੇਂ ਰੱਖਾਂਗੇ ਹੋ ਭਰਾਵਾ ਫਰਿੱਜ ਛੋਟੀ ਹੁੰਦੀ ਆ ਉਹ ਹਾਥੀ ਕਿੱਥੋਂ ਵੜ ਜਾਊਗਾ ਉਹ ਫਰਿੱਜ ਤਾਂ ਬਾਹਲੀ ਵੱਡੀ ਆ ਅੱਛਾ ਫੇਰ ਇਹ ਚਿਕੜੀ ਗੱਲ ਆ ਪਹਿਲਾਂ ਫਰਿੱਜ ਖੋਲੋ ਬਾਅਦ 'ਚ ਹਾਥੀ ਵੜ ਦੋ ਇੱਕ ਸਵਾਲ ਹੋਰ ਪੁੱਛਣਾ ਹੈ ਉਹ ਜਲਦੀ ਪੁੱਛ ਯਾਰ ਕੀ ਪੁੱਛਣਾ ਵਾ ਚੱਲ ਐਂ ਦੱਸ ਤੇਰੇ ਦੇ ਗਦਾ ਕਿਵੇਂ ਰੱਖਾਂਗੇ ਉਵੇਂ ਹੀ ਪਹਿਲਾਂ ਫਰਿੱਜ ਖੋਲ ਲਾਂਗੇ ਫਿਰ ਉਹ 'ਚ ਗਦਾ ਰੱਖ ਦਾਂਗੇ ਫਿਰ ਬੰਦ ਕਰ ਦਾਂਗੇ ਗਲਤ ਜਵਾਬ ਗਲਤ ਜਵਾਬ ਲਓ ਕਿਵੇਂ ਪਾਗਲਾ ਪਹਿਲਾਂ ਹਾਥੀ ਨੂੰ ਬਾਹਰ ਕੱਢਾਂਗੇ ਫਿਰ ਗਦਾ